गुरु प्यारियो, वाहिगुरु जी का खालसा, वाहिगुरु जी की फतेह। अक्सर ही असी गुरबाणी दे विच ये पावन शब्द पढ़ते हाँ, जैसा बीजै सो लुणै करमा संधड़ा खेत, कि जो भी आपां करमा दे बीज बीजते हाँ वह सानू भोगने पैंदे आ। हुण इन्हां गल्लां दे नाल बहुत लोग जिहड़े आ ਉਹ ਸਹਿਮਤ ਆ, ਪਰ ਕੁਝ ਲੋਕ ਇਹ ਗੱਲ ਨੂੰ ਕੱਟ ਦਿੰਦੇ ਆ, ਮੰਨਦੇ ਨਹੀਂ। ਉਹ ਕਹਿੰਦੇ ਨੇ ਕਿ ਇੱਦਾਂ ਦਾ ਕੁਝ ਵੀ ਨਹੀਂ ਹੈਗਾ, ਆਓ ਆਪਾਂ ਇਹਨੂੰ ਗੁਰਬਾਣੀ ਦੁਆਰਾ ਸਮਝੀਏ ਕਿ ਕਰਮਾਂ ਦਾ ਫਲ ਬੰਦੇ ਨੂੰ ਭੁਗਤਣਾ ਪੈਂਦਾ ਕਿ ਨਹੀਂ। ਸਤਿਗੁਰ ਦੀ ਬਾਣੀ ਸ਼੍ਰੀ ਜਪਜੀ ਸਾਹਿਬ ਦੇ ਵਿੱਚ ਹੀ ਸਾਨੂੰ ਸਮਝਾਉਂਦੀ ਆ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਕਿਉਂਕਿ ਕੋਈ ਆਮ ਜਿਹਾ ਬੰਦਾ ਸਾਨੂੰ ਕੋਈ ਗੱਲ ਕਹੇ ਤੇ ਅਸੀਂ ਉਹਦੀ ਜਿਹੜੀ ਗੱਲ ਆ ਜਦੋਂ ਆਪਾਂ ਸੁਣਦੇ ਹਾਂ, ਹੋ ਸਕਦਾ ਵੀ ਉਹ ਗੱਲ ਕਾਲਪਨਿਕ ਹੋਵੇ, ਪਰ ਜਦੋਂ ਬਾਣੀ ਸਾਨੂੰ ਕੋਈ ਚੀਜ਼ ਸਮਝਾਉਂਦੀ ਆ ਤਾਂ ਉਹਨੂੰ ਫਿਰ ਅਸੀਂ ਕੱਟ ਨਹੀਂ ਸਕਦੇ ਜਿਹੜੇ ਗੁਰਸਿੱਖ ਆ। ਤਾਂ ਆਓ ਆਪਾਂ ਇੱਕ ਸਾਖੀ ਦੁਆਰਾ ਇਹਨੂੰ ਸਮਝਦੇ ਹਾਂ। ਇਹ ਇੱਕ ਗਾਥਾ ਹੈ, ਇਹ ਸਮਝਾਉਣ ਮਾਤਰ ਹੁੰਦੀ ਆ। ਧਰਿਤ ਰਾਸ਼ਟਰ, ਉਹਦੀ ਸਾਖੀ ਮੈਂ ਤੁਹਾਨੂੰ ਸੁਣਾਉਣਾ। ਇਹ ਕੌਣ ਸੀਗਾ ਰਾਜਾ ਧਰਿਤਰਾਸ਼ਟਰ? ਕੌਰਵਾਂ ਦਾ ਪਿਤਾ ਸੀਗਾ। ਕੌਰਵ ਪਾਂਡਵ ਹੋਏ ਆ ਨਾ ਜਿਹੜੇ, ਉਹਨਾਂ ਦਾ ਪਿਤਾ ਸੀ। ਜਮਾਂਦਰੂ ਹੀ ਜਨਮ ਤੋਂ ਹੀ ਨੇਤਰਹੀਣ ਸੀਗਾ ਬੰਦਾ ਇਹ, ਪਰੰਤੂ ਬਹੁਤ ਵੱਡਾ ਧਰਮਾਤਮਾ ਸੀਗਾ। ਇਹਨੂੰ ਪਿਛਲੇ 100 ਜਨਮਾਂ ਦਾ ਗਿਆਨ ਸੀਗਾ। ਆਪਾਂ ਨੂੰ ਤਾਂ ਆਪਣੇ ਇੱਕ ਵੀ ਜਨਮ ਦਾ ਗਿਆਨ ਨਹੀਂ ਹੈਗਾ ਪਿਛਲੇ, ਆਪਾਂ ਨੂੰ ਤਾਂ ਹੁਣ ਦਾ ਗਿਆਨ ਨਹੀਂ ਹੈਗਾ ਗੁਰਮੁਖੋ। ਇਹਨੂੰ ਆਪਣੇ ਪਿਛਲੇ 100 ਜਨਮਾਂ ਦਾ ਗਿਆਨ ਸੀ। ਜਦੋਂ ਇਹਦੇ 100 ਪੁੱਤਰ ਸਾਰੇ ਹੀ ਮਹਾਂਭਾਰਤ ਦੇ ਯੁੱਧ 'ਚ ਮਾਰੇ ਗਏ ਨਾ, ਤਾਂ ਇਹਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਪੁੱਛਿਆ ਸੀਗਾ, ਮੇਰੇ ਅੰਧੇਪਣ ਅਤੇ ਮੇਰੇ 100 ਪੁੱਤਰ ਮਾਰੇ ਜਾਣ ਦਾ ਕਾਰਨ ਕੀ ਆ? ਤੁਸੀਂ ਵਕਤ ਦੇ ਅਵਤਾਰੀ ਪੁਰਖ ਹੋ, ਕਿਰਪਾ ਕਰਕੇ ਮੈਨੂੰ ਦੱਸੋ। ਕਹਿਣ ਲੱਗਾ ਭਗਵਾਨ ਜੀ, ਮੈਨੂੰ ਆਪਣੇ ਪਿਛਲੇ 100 ਜਨਮਾਂ ਤੱਕ ਦਾ ਗਿਆਨ ਆ। ਇਹਨਾਂ ਜਨਮਾਂ 'ਚ ਮੈਂ ਕੋਈ ਪਾਪ ਨਹੀਂ ਕੀਤਾ। ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕਹਿਣ ਲੱਗੇ, ਆਪਣੇ 107ਵੇਂ ਜਨਮ 'ਚ ਦੇਖੋ ਫਿਰ। ਉਹ ਜਨਮ ਵਿੱਚ ਨਾ ਤੂੰ ਇੱਕ ਅੱਕ ਦੇ ਟਿੱਡੇ ਦੀਆਂ ਅੱਖਾਂ ਸੂਲ ਦੇ ਨਾਲ ਵਿੰਨ ਕੇ ਉਹਨੂੰ ਅੰਨਾ ਕਰਤਾ ਸੀਗਾ। ਤੂੰ ਇੱਕ ਅੱਕ ਦਾ ਟਿੱਡਾ ਸੀਗਾ, ਜਿਵੇਂ ਨਿੱਕੇ ਨਿੱਕੇ ਇਹ ਕੀੜੇ ਮਕੌੜੇ ਹੁੰਦੇ ਆ, ਉਹਦੀਆਂ ਅੱਖਾਂ ਵਿੱਚ ਸੂਲ ਮਾਰ ਕੇ ਉਹਨੂੰ ਵਿੰਨਤਾ, ਉਹਨੂੰ ਅੰਨਾ ਕਰਤਾ ਸੀ, ਜਿਹਦੇ ਕਰਕੇ ਜਿਸ ਕਾਰਨ ਤੂੰ ਆਪ ਤੈਨੂੰ ਇਹ ਜਨਮ ਮਿਲਿਆ ਅੰਨੇ ਹੋ ਕੇ, ਇਹ ਜਮਾਂਦਰੂ ਅੰਨਾ ਤੂੰ ਪੈਦਾ ਹੋਇਆ, ਇਹ ਦੁੱਖ ਤੈਨੂੰ ਤਾਂ ਮਿਲਿਆ ਜਿਸ ਕਾਰਨ ਆਪ ਜੀ ਨੂੰ ਅੰਨੇ ਦਾ ਜਨਮ ਮਿਲਿਆ, ਕ੍ਰਿਸ਼ਨ ਭਗਵਾਨ ਜੀ ਨੇ ਉੱਤਰ ਦਿੱਤਾ। ਅਤੇ ਦੂਜੀ ਗੱਲ, ਜੋ ਆਪ ਨੇ ਆਪਣੇ 100 ਪੁੱਤਰਾਂ ਦੇ ਮਰਨ ਦੀ ਕਹੀ ਆ ਨਾ, ਉਹਦਾ ਕਾਰਨ ਵੀ ਤੁਹਾਡੇ ਆਪਣੇ ਕੀਤੇ ਹੋਏ ਕਰਮ। ਧਰਿਤਰਾਸ਼ਟਰ ਕਹਿਣ ਲੱਗਾ ਕਿ ਮੈਨੂੰ ਨਹੀਂ ਪਤਾ, ਵੀ ਮੈਨੂੰ ਦੱਸੋ ਭਗਵਾਨ ਜੀ ਇਹ ਕਿਵੇਂ ਆ ਸਭ ਕੁਝ? ਕਹਿੰਦੇ ਗੱਲ ਧਿਆਨ ਦੇ ਨਾਲ ਸੁਣੋ, ਉਹ ਜਨਮ ਦੇ ਵਿੱਚ ਤੁਸੀਂ ਮਾਸ ਖਾਣ ਦੇ ਬਹੁਤ ਸ਼ੌਕੀਨ ਸੀਗੇ। ਅੱਜ ਵੀ ਜਿਵੇਂ ਦੇਖੋ ਵੈਜੀਟੇਰੀਅਨ ਅਤੇ ਨੌਨ ਵੈਜੀਟੇਰੀਅਨ, ਵਿਆਹਾਂ ਦੇ ਵਿੱਚ ਮਾਸ ਜਦੋਂ ਚੱਲਦਾ ਤਾਂ ਦੁਕਾਨਾਂ ਦੇ ਉੱਪਰ ਲੋਕ ਖਾਂਦੇ ਆ, ਇਹਨਾਂ ਦੀ ਗਿਣਤੀ ਜ਼ਿਆਦਾ, ਸ਼ਾਕਾਹਾਰੀ ਘੱਟ ਆ, ਮਾਸਾਹਾਰੀ ਵੱਧ ਆ। ਬਾਹਰਲੇ ਦੇਸ਼ਾਂ ਵਿੱਚ ਵੀ ਇਹ ਚੀਜ਼ਾਂ ਬਹੁਤ ਆਮ ਹੀ ਤੁਸੀਂ ਵੇਖਦੇ ਹੋ, ਮਾਸਾਹਾਰੀ ਲੋਕਾਂ ਦੀ ਗਿਣਤੀ ਉੱਥੇ ਜ਼ਿਆਦਾ। ਤਾਂ ਉਹ ਫਿਰ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਆ ਵੀ ਤੁਸੀਂ ਵੀ, ਤੁਹਾਨੂੰ ਵੀ ਚੇਟਕ ਲੱਗੀ ਹੋਈ ਸੀਗੀ, ਮਾਸ ਖਾਣ ਦੇ ਬੜੇ ਸ਼ੌਕੀਨ ਸੀ ਧਰਿਤਰਾਸ਼ਟਰ ਰਾਜਨ। ਤੁਸੀਂ ਇੱਕ ਵਾਰ ਕੀ ਹੋਇਆ, ਜਦੋਂ ਬੜੀ ਲੰਮੀ ਝੜੀ ਲੱਗੀ ਹੋਈ ਸੀ, ਉਸ ਸਮੇਂ ਤੁਹਾਡੇ ਮੀਰ ਸ਼ਿਕਾਰੀ ਨੇ ਬਾਹਰੋਂ ਸ਼ਿਕਾਰ ਮਾਰ ਕੇ ਲਿਆ ਕੇ ਮਾਸ ਖਵਾਉਣ ਦੀ ਬਜਾਏ ਤੁਹਾਡੇ ਮਹਿਲਾਂ ਅੰਦਰ ਪਲ ਰਹੇ ਹੰਸਾਂ ਦੇ 100 ਬੱਚਿਆਂ ਵਿੱਚੋਂ ਇੱਕ ਇੱਕ ਨੂੰ ਮਾਰ ਕੇ ਤੁਹਾਨੂੰ ਖਵਾਤਾ। ਹੰਸ ਮਾਰ ਦਿੰਦਾ ਸੀਗਾ ਬਾਹਰ ਜਾਣ ਦਾ ਮਾਰਾ, ਬਾਹਰ ਕਿਉਂਕਿ ਝੜੀ ਲੱਗੀ ਹੋਈ ਸੀ। ਉਹ ਮਾਸ ਤੁਹਾਨੂੰ ਬੜਾ ਚੰਗਾ ਲੱਗਾ, ਮਾਸ ਤੁਹਾਨੂੰ ਇੰਨਾ ਚੰਗਾ ਲੱਗਾ ਅਤੇ ਤੁਸੀਂ ਕਿਹਾ ਵੀ ਹੋਰ ਲਿਆਓ, ਇਹਦੇ ਨਾਲ ਦਾ ਹੀ ਲਿਆਈ ਨਾਲੇ ਮਾਸ। ਉਹਨਾਂ ਨੇ ਹੰਸਾਂ ਦੇ 100 ਬੱਚੇ ਮਾਰ ਕੇ ਤੈਨੂੰ ਖੁਸ਼ ਕਰਨ ਲਈ ਰਾਜਨ ਖਵਾਏ ਆ। ਉਦੋਂ ਜਦੋਂ ਹੰਸ ਮਾਨ ਸਰੋਵਰ ਤੋਂ ਵਾਪਸ ਆਏ ਆ,
ਉਹਨਾਂ ਨੂੰ ਪਤਾ ਲੱਗਾ ਵੀ ਉਹਨਾਂ ਦੇ ਬੱਚੇ ਮਾਰ ਮਾਰ ਖਾ ਗਏ ਇਹ। ਉਹਨਾਂ ਨੇ ਤੈਨੂੰ ਸ਼ਰਾਪ ਦਿੱਤਾ ਵੀ ਤੇਰੀ ਵੀ ਸੰਤਾਨ ਤੇਰੇ ਜਿਉਂਦਿਆਂ ਹੀ ਮਰੇ, ਤੂੰ ਵੀ ਸਾਡੇ ਵਾਂਗੂ ਦੁਖੀ ਹੋਵੇਂ। ਇਸ ਪ੍ਰਕਾਰ ਪੁੰਨ ਬਹੁਤੇ ਹੋਣ ਕਾਰਨ 106 ਜਨਮਾਂ ਤੱਕ ਤੁਹਾਨੂੰ ਇਸ ਸ਼ਰਾਪ ਦਾ ਫਲ ਨਾ ਮਿਲਿਆ, ਪਰੰਤੂ ਹੁਣ ਪੁੰਨ ਜਿਹੜੇ ਆ ਕੀਤੇ ਖਤਮ ਹੋਣ ਕਰਕੇ ਇਹ ਸ਼ਰਾਪ ਦਾ ਫਲ ਪੂਰਾ ਹੋ ਗਿਆ। ਭਾਵ ਬੰਦਾ ਕਹਿਣ ਦਾ ਭਾਵ ਜੋ ਵੀ ਕਰਮ ਕਰਦਾ, ਬਾਣੀ ਕਹਿੰਦੀ ਉਹਨਾਂ ਦਾ ਫਲ ਉਹ ਜੀਵ ਨੂੰ ਆਪ ਹੀ ਭੋਗਣਾ ਪੈਂਦਾ, ਆਪ ਹੀ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ। ਅਤੇ ਇਹ ਆਪਾਂ ਵੇਖਦੇ ਹਾਂ ਆਮ ਹੀ ਇਹ ਸਾਰੀਆਂ ਚੀਜ਼ਾਂ ਹੋਈ ਜਾਂਦੀਆਂ। ਹੁਣ ਇਹਨੂੰ ਮੰਨਣਾ ਨਾ ਮੰਨਣਾ ਸਾਡੀ ਮਰਜ਼ੀ ਆ, ਇਹ ਸਾਡੇ 'ਤੇ ਨਿਰਭਰ ਆ ਵੀ ਅਸੀਂ ਇਹਨਾਂ ਗੱਲਾਂ ਨੂੰ ਮੰਨਣਾ ਜਾਂ ਨਹੀਂ ਮੰਨਣਾ। ਕੁਝ ਲੋਕ ਕਹਿੰਦੇ ਇੱਦਾਂ ਦਾ ਕੁਝ ਵੀ ਨਹੀਂ ਹੁੰਦਾ। ਸਾਡੀ ਜ਼ਿੰਦਗੀ ਵਿੱਚ ਬਹੁਤ ਘਟਨਾਵਾਂ ਹੁੰਦੀਆਂ। ਇੱਕ ਬੱਚਾ ਸੀਗਾ, ਆਪਣੀ ਮਾਤਾ ਜੀ ਦੇ ਕੋਲ ਗਿਆ, ਮਾਂ ਦੇ ਕੋਲ ਜਾ ਕੇ ਬੇਨਤੀ ਕੀਤੀ ਆ। ਕਹਿਣ ਲੱਗਾ, ਮਾਂ ਇੱਕ ਗੱਲ ਦਿਲ ਦੀ ਸਾਂਝੀ ਕਰਨੀ ਆ ਤੁਹਾਡੇ ਨਾਲ, ਆਪ ਜੀ ਦੇ ਨਾਲ। ਮਾਂ ਨੇ ਕਿਹਾ, ਪੁੱਤਰ ਬੋਲ, ਕਿਹੜੀ ਗੱਲ ਹੈ ਇਹੋ ਜੀ? ਕਹਿਣ ਲੱਗਾ, ਮਾਂ ਇੱਕ ਕੰਮ ਮਿਲਦਾ ਮੈਨੂੰ, ਉਹ ਕੰਮ ਦੇ ਪੈਸੇ ਤਾਂ ਬਹੁਤ ਜ਼ਿਆਦਾ ਨੇ ਪਰ ਉਹਦੇ ਵਿੱਚ ਮੈਨੂੰ ਪਰੇਸ਼ਾਨੀ ਵੀ ਬਹੁਤ ਆ। ਇਹ ਕੰਮ ਕਰਨ ਦੇ ਪੈਸੇ ਤਾਂ ਬਹੁਤ ਆ ਪਰ ਮਨ ਨਹੀਂ ਮੇਰਾ ਗਵਾਹੀ ਦੇ ਰਿਹਾ, ਮਨ ਹੀ ਅੰਦਰੋਂ ਤਿਆਰ ਹੋ ਰਿਹਾ, ਮਾਂ ਮੈਂ ਕੀ ਕਰਾਂ, ਮੈਨੂੰ ਸਮਝ ਨਹੀਂ ਆ ਰਹੀ। ਉਹ ਮਾਂ ਕਹਿਣ ਲੱਗੀ, ਪੁੱਤਰ ਦੇਖ, ਮੈਂ ਇੰਨੀ ਪੜ੍ਹੀ ਲਿਖੀ ਤਾਂ ਹੈ ਨਹੀਂ ਕਿ ਮੈਂ ਤੈਨੂੰ ਕੋਈ ਸਲਾਹ ਦੇ ਸਕਾਂ, ਕਿਉਂਕਿ ਪੜ੍ਹਿਆ ਲਿਖਿਆ ਬੰਦਾ ਕਿਸੇ ਨੂੰ ਸਿਖਾ ਸਕਦਾ ਨਾ ਕੁਝ, ਤਾਂ ਮੈਂ ਤਾਂ ਇੰਨਾ ਹੀ ਜਾਣਦੀ ਹਾਂ ਵੀ ਜਦੋਂ ਮੈਂ ਤੈਨੂੰ ਸਵੇਰੇ ਉਠਾਉਣ ਆਉਂਦੀ ਹਾਂ, ਜਗਾਉਣ ਆਉਂਦੀ ਹਾਂ, ਤੂੰ ਨੀਂਦ 'ਚ ਹੁੰਦਾ ਪੁੱਤਰ, ਮੈਂ ਤੈਨੂੰ ਜਗਾਉਣ ਆਉਂਦੀ ਹਾਂ ਅਤੇ ਤੂੰ ਆਰਾਮ ਦੇ ਨਾਲ ਸੁੱਤਾ ਪਿਆ ਹੁੰਦਾ। ਹੁਣ ਕਿਤੇ ਇਹ ਨਾ ਹੋਵੇ ਇਹ ਕੰਮ ਤੂੰ ਕਰ ਲਵੇਂ ਜਿਹੜਾ ਤੈਨੂੰ ਲੱਗਦਾ ਵੀ ਮੈਂ ਕਰਨਾ ਨਹੀਂ ਚਾਹੁੰਦਾ, ਪੈਸੇ ਤਾਂ ਬਹੁਤ ਆ ਅਤੇ ਮੈਂ ਤੈਨੂੰ ਜਗਾਉਣ ਆਵਾਂ ਅਤੇ ਤੂੰ ਜਾਗਦਾ ਹੀ ਹੋਵੇਂ। ਗੱਲ ਗੌਰ ਦੇ ਨਾਲ ਸੁਣਿਓ ਵੀ ਭਾਵ ਕਿ ਤੈਨੂੰ ਨੀਂਦ ਹੀ ਨਾ ਆਵੇ, ਵੀ ਇਹੋ ਜਿਹਾ ਕੰਮ ਨਾ ਕਰ ਲਵੀਂ ਪੁੱਤਰ ਵੀ ਜਿਹਦੇ ਵਿੱਚ ਪੈਸੇ ਤਾਂ ਵੱਧ ਹੋਣ ਪਰ ਮਨ ਦੀ ਸ਼ਾਂਤੀ ਵੀ ਖੋਜੇ ਬੰਦੇ ਦੀ। ਅੱਜ ਕੱਲ੍ਹ ਦਾ ਬੰਦਾ ਇਵੇਂ ਅੰਦਰੋਂ ਮਰ ਰਿਹਾ, ਪੈਸਾ ਤਾਂ ਬਹੁਤ ਬਣਾ ਲਿਆ ਪਰ ਬੰਦਾ ਹੀ ਮਰ ਗਿਆ, ਅੰਦਰੋਂ ਜ਼ਮੀਰ ਹੀ ਮਰ ਗਈ, ਕੀ ਫਾਇਦਾ ਇਹਨਾਂ ਚੀਜ਼ਾਂ ਦਾ। ਗੁਰੂ ਸਾਹਿਬ ਜੀ ਨੇ ਮਾਇਆ ਨੂੰ ਗੁਜਰਾਨ ਕਿਹਾ, ਪੈਸਾ ਇੱਕ ਉਹ ਚੀਜ਼ ਆ ਜਿਹਦੇ ਨਾਲ ਦੁਨੀਆ ਦੇ ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਆ ਪਰ ਹਰ ਕੰਮ ਪੈਸੇ ਨਾਲ ਵੀ ਨਹੀਂ ਹੋ ਸਕਦਾ। ਜਿਹੜੀ ਜਗ੍ਹਾ ਇਨਸਾਨ ਦੀ ਆ ਉਹ ਪੈਸਾ ਲੈ ਨਹੀਂ ਸਕਦਾ ਕਦੇ। ਤਾਂ ਉਹ ਮਾਂ ਕਹਿਣ ਲੱਗੀ, ਪੁੱਤਰ ਮੈਂ ਪੜ੍ਹੀ ਲਿਖੀ ਨਹੀਂ ਬਸ ਮੈਨੂੰ ਤਾਂ ਇੰਨਾ ਹੀ ਪਤਾ, ਤੂੰ ਆਰਾਮ ਦੇ ਨਾਲ ਚਿੰਤਾ ਮੁਕਤ ਹੋ ਕੇ ਸੁੱਤਾ ਪਿਆ ਹੁੰਦਾ, ਹੁਣ ਤੂੰ ਬਹੁਤੇ ਪੈਸੇ ਵਾਲੀ ਜਿਹੜੀ ਆ ਇਹ ਸਾਰੀ ਚੀਜ਼ ਕਰਨ ਲੱਗ ਜਾਵੇਂਗਾ ਅਤੇ ਤੇਰੇ ਅੰਦਰ ਅਸ਼ਾਂਤੀ ਆ ਜਾਵੇਗੀ। ਤਾਂ ਉਸ ਵਕਤ ਕੀ ਹੋਵੇਗਾ ਫਿਰ? ਤਾਂ ਉਸ ਵਕਤ ਤੂੰ ਜਾਗਦਾ ਹੋਵੇਂਗਾ, ਜੇ ਮੈਂ ਤੈਨੂੰ ਜਗਾਉਣ ਆਵਾਂਗੀ, ਤੇਰੀ ਨੀਂਦ ਉੱਡ ਜਾਵੇਗੀ। ਵੱਡੇ ਵੱਡੇ ਜੋ ਦੀਸੈ ਲੋਕ, ਤਿੰਨਕੋ ਵਿਆਪੈ ਚਿੰਤਾ ਰੋਗ। ਜਿੰਨੇ ਵੱਡੇ ਵੱਡੇ ਲੋਕ ਦਿਖਦੇ ਆ ਇਹ ਸਾਰੇ ਚਿੰਤਾ ਦੇ ਵਿੱਚ ਭਰੇ ਹੋਏ, ਇਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਵੱਡੀਆਂ ਗੱਡੀਆਂ 'ਚੋਂ ਛੋਟੇ ਲੋਕ ਉੱਤਰਦੇ। ਗੁਰਮੁਖੋ, ਅਸੀਂ ਵੇਖਦੇ ਹਾਂ ਇਹ ਕਰਮਾਂ ਦਾ ਜਿਹੜਾ ਫਲ ਆ ਇਹ ਭੋਗਣਾ ਹੀ ਪੈਂਦਾ ਬੰਦੇ ਨੂੰ, ਜੋ ਬੀਜੋਂਗੇ ਵੱਢਣਾ ਪਵੇਗਾ। ਉਹ ਜਿਹੜਾ ਬੱਚਾ ਸੀਗਾ ਉਹਨੇ ਆਪਣੇ ਮਾਤਾ ਜੀ ਨੂੰ ਕਿਹਾ, ਮਾਂ ਮੈਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ, ਕਿਉਂਕਿ ਤੂੰ ਮਾਂ ਰਮਜ ਵਿੱਚ ਉੱਤਰ ਦਿੱਤਾ, ਉਹ ਮੈਂ ਸਮਝ ਗਿਆ ਹਾਂ ਕਿ ਅੱਜ ਤੋਂ ਬਾਅਦ ਉਹ ਕੰਮ ਨਹੀਂ ਕਰਾਂਗਾ ਜਿਹੜਾ ਸਾਡਾ ਨੀਂਦ, ਸਾਡਾ ਸੁੱਖ, ਸਾਡਾ ਚੈਨ ਹੀ ਖੋਹ ਲਵੇ, ਕਿ ਪੈਸਿਆਂ ਦੀ ਖਾਤਰ ਮੈਂ ਕਰਮ ਹੀ ਇਹੋ ਜਿਹੇ ਕਰਨ ਲੱਗ ਜਾਵਾਂ ਕਿ ਨੌਕਰੀ ਮੇਰੇ ਤੋਂ ਸਹੀ ਤਰੀਕੇ ਨਾਲ ਨਾ ਹੋਵੇ ਅਤੇ ਨਾ ਹੀ ਮੇਰਾ ਆਪਣਾ ਆਪ ਦਾ ਖਿਆਲ ਮੈਂ ਰੱਖ ਸਕਾਂ। ਫਿਰ ਉਹ ਨੀਂਦ ਵੀ ਉੱਡ ਜਾਂਦੀ ਹੈ ਨਾ, ਤਣਾਅ ਦੇ ਵਿੱਚ, ਡਿਪਰੈਸ਼ਨ ਦੇ ਵਿੱਚ ਲੋਕ ਕਿੰਨੇ ਜ਼ਿਆਦਾ ਬਰਬਾਦ ਹੋ ਚੁੱਕੇ ਆ, ਬਹੁਤ ਜ਼ਿਆਦਾ। ਹੁਣ ਕਰਮਾਂ ਦਾ ਫਲ ਤਾਂ ਜਿਹੜਾ ਭੋਗਣਾ ਪੈਂਦਾ ਹੀ ਆ। ਇੱਕ ਛੋਟੀ ਜਿਹੀ ਕਹਾਣੀ ਜਿਹੜੀ ਆ ਉਹਦੇ ਨਾਲ ਆਪ ਜੀ ਪੂਰਨ ਰੂਪ ਦੇ ਵਿੱਚ ਹੋ ਸਕਦਾ ਇਸ ਗੱਲ ਨੂੰ ਸਮਝੋਗੇ। ਇੱਕ ਮਾਲਕ ਸੀਗਾ, ਕੋਈ ਫਰਮ ਦਾ ਮਾਲਕ ਸੀ, ਬਿਜ਼ਨਸ ਸੀਗੇ ਆ, ਵਪਾਰੀ ਬੰਦੇ ਸੀਗੇ। ਉਹਨੇ ਕੀ ਕੀਤਾ, ਉਹਦਾ ਇੱਕ ਮੈਨੇਜਰ ਸੀ, ਉਹ ਤੋਂ ਨਿੱਕੀ ਜਿਹੀ ਗਲਤੀ ਹੋ ਗਈ, ਉਹਨੇ ਵੱਟ ਕੇ ਉਹਦੇ ਇੱਕ ਥੱਪੜ ਜੜ ਦਿੱਤਾ, ਥੱਪੜ ਮਾਰਿਆ, ਉਹਦੀ ਬੇਇੱਜ਼ਤੀ ਕੀਤੀ।
ਹੁਣ ਮੈਨੇਜਰ ਦੀ ਉਹਦੇ ਅੱਗੇ ਪੇਸ਼ ਨਹੀਂ ਗਈ ਆਪਣੇ ਮਾਲਕ ਅੱਗੇ, ਉਹਨੂੰ ਤਾਂ ਕੁਝ ਕਹਿ ਨਹੀਂ ਸੀ ਸਕਦਾ, ਗੁੱਸਾ ਪੀ ਗਿਆ, ਘਰ ਆਇਆ, ਘਰ ਆ ਕੇ ਆਪਣੀ ਘਰਵਾਲੀ ਨਾਲ ਲੜ ਗਿਆ, ਲੜਿਆ ਅਤੇ ਉਹਦੇ ਵੱਟ ਕੇ ਥੱਪੜ ਜੜ ਦਿੱਤਾ। ਮੈਨੇਜਰ ਦੇ ਥੱਪੜ ਮਾਰਿਆ ਉਹਦੇ ਮਾਲਕ ਨੇ, ਅਤੇ ਮੈਨੇਜਰ ਨੇ ਆ ਕੇ ਉਹੀ ਥੱਪੜ ਆਪਦਾ ਗੁੱਸਾ ਜਿਹੜਾ ਘਰਵਾਲੀ 'ਤੇ ਕੱਢ ਦਿੱਤਾ। ਘਰਵਾਲੀ ਨੇ ਆਪਣੇ ਵੱਡੇ ਪੁੱਤਰ ਨੂੰ ਮਾਰਿਆ, ਝਿੜਕਿਆ, ਆਪਣਾ ਗੁੱਸਾ ਪੀ ਗਈ ਉਹ, ਪਰ ਉਹਨੇ ਕੱਢ ਦਿੱਤਾ ਬਾਅਦ ਵਿੱਚੋਂ ਆਪਦੇ ਵੱਡੇ ਬੱਚੇ 'ਤੇ। ਵੱਡੇ ਬੱਚੇ ਨੇ ਆਪਦੇ ਛੋਟੇ ਭਰਾ 'ਤੇ ਮਾਰਿਆ, ਉਹ ਥੱਪੜ ਮਾਰ ਕੇ ਗੁੱਸਾ ਕੱਢਿਆ ਬਾਹਰ। ਹੁਣ ਉਹ ਵੱਡਾ ਭਰਾ ਸੀ, ਉਹ ਆਪਣੇ ਮਾਤਾ ਪਿਤਾ 'ਤੇ ਤਾਂ ਗੁੱਸਾ ਕਰ ਨਹੀਂ ਸੀ ਸਕਦਾ, ਉਹਨੇ ਆਪਣੇ ਛੋਟੇ ਭਰਾ ਨੂੰ ਕੁੱਟਿਆ, ਉਹਦੇ ਥੱਪੜ ਮਾਰਿਆ, ਅਤੇ ਉਹ ਵਿਚਾਰਾ ਸੜਕ 'ਤੇ ਆ ਗਿਆ। ਛੋਟਾ ਬੱਚਾ ਜਿਹੜਾ ਸੀਗਾ ਉਹ ਹੋਰ ਤਾਂ ਕਿਸੇ 'ਤੇ ਉਹਦੀ ਪੇਸ਼ ਗਈ ਨਹੀਂ, ਉੱਥੇ ਰਸਤੇ ਵਿੱਚ ਇੱਕ ਕੁੱਤਾ ਜਾ ਰਿਹਾ ਸੀ, ਉਹਨੇ ਕੁੱਤੇ ਨੂੰ ਮਾਰਿਆ, ਅਤੇ ਕੁੱਤੇ ਨੇ ਅੱਗੇ ਜਾ ਕੇ, ਕੋਈ ਜਾ ਰਿਹਾ ਸੀ ਅਮੀਰ ਜ਼ਾਦਾ, ਉਹਨੂੰ ਫਿਰ ਕੱਟ ਲਿਆ, ਉਹਨੂੰ ਉਹਦੇ ਦੰਦ ਮਾਰੇ। ਜਦੋਂ ਉਹਦੇ ਦੰਦ ਮਾਰੇ ਨਾ, ਇਹ ਪਤਾ ਕੌਣ ਸੀਗਾ, ਇਹ ਉਹੀ ਸੀ ਵਪਾਰੀ ਬੰਦਾ ਜਿਹਨੇ ਮੈਨੇਜਰ ਦੇ ਥੱਪੜ ਮਾਰਿਆ ਸੀਗਾ। ਦੇਖੋ ਗੱਲ ਕਿਵੇਂ ਘੁੰਮ ਕੇ ਕਿੱਥੋਂ ਦੀ ਹੁੰਦੀ ਹੋਈ ਕਿਸ ਤਰ੍ਹਾਂ ਘੁੰਮੀ ਆ ਅਤੇ ਵਾਪਸ ਗਈ ਆ। ਦਿੱਤਾ ਲਈ ਹੈ ਆਪਣਾ, ਅਣ ਦਿੱਤਾ ਕਿਸੇ ਹੱਥ ਨਾ ਆਵੇ, ਭਾਈ ਗੁਰਦਾਸ ਜੀ ਦੇ ਵਚਨ ਆ ਵੀ ਜੋ ਕਿਸੇ ਨੂੰ ਦਿੰਦੇ ਹਾਂ ਅਤੇ ਵਾਪਸ ਆਉਂਦਾ। ਦੇਖੋ ਉਹ ਜਿਹੜਾ ਮਾਲਕ ਦੁਆਰਾ ਮੈਨੇਜਰ ਦੇ ਥੱਪੜ ਮਾਰਿਆ ਗਿਆ, ਮੈਨੇਜਰ ਨੇ ਉਹ ਥੱਪੜ ਘਰਵਾਲੀ ਦੇ ਜੜਿਆ, ਘਰਵਾਲੀ ਨੇ ਆਪਣੇ ਵੱਡੇ ਪੁੱਤਰ ਦੇ, ਵੱਡੇ ਪੁੱਤਰ ਨੇ ਆਪਣੇ ਛੋਟੇ ਭਰਾ ਦੇ, ਛੋਟੇ ਨੇ ਫਿਰ ਕੀ ਕੀਤਾ, ਕੁੱਤੇ ਨੂੰ ਮਾਰਿਆ, ਕੁੱਤੇ ਨੇ ਜਾ ਕੇ ਫਿਰ ਇੱਕ ਅਮੀਰ ਜ਼ਾਦੇ ਉਸੇ ਮਾਲਕ ਨੂੰ ਵੱਢਿਆ ਜਿਹਨੇ ਮੈਨੇਜਰ ਦੇ ਥੱਪੜ ਮਾਰਿਆ ਸੀ। ਗੱਲ ਤਾਂ ਦੇਖੋ ਘੁੰਮ ਫਿਰਾ ਕੇ ਭਾਵੇਂ ਆਈ ਆ, ਪਰ ਆਈ ਤਾਂ ਹੈ ਨਾ। ਤਾਂ ਇਹ ਸਾਰੇ ਕਰਮਾਂ ਦੇ ਫਲਾਂ ਨੂੰ ਸਮਝਣਾ ਪੈਂਦਾ ਭਾਈ, ਇਦੋਂ ਸਮਝੇ ਤੋਂ ਬਿਨਾਂ ਗੱਲ ਨਹੀਂ ਬਣਦੀ। ਫਿਰ ਇਹ ਕਹਾਣੀ ਦਾ ਕਹਿਣ ਦਾ ਭਾਵ ਇਹ ਸੀ ਕਿ ਇੱਕ ਥੱਪੜ ਵੀ ਕਿਸੇ ਨੂੰ ਤੁਸੀਂ ਲਾਉਂਦੇ ਹੋ ਨਾ, ਮਾਰਦੇ ਹੋ, ਉਹਦਾ ਵੀ ਜਿਹੜਾ ਫਲ ਆ ਅਤੇ ਬੰਦੇ ਨੂੰ ਭੁਗਤਣਾ ਹੀ ਪੈਂਦਾ ਵਾ। ਅੱਜ ਭੁਗਤ ਲਏ, ਕੱਲ੍ਹ ਭੁਗਤ ਲਏ, ਪਰ ਭੁਗਤ ਕੇ ਹੀ ਛੁਟਕਾਰਾ ਹੋਣਾ। ਤਾਂ ਇਹ ਜਿਹਾ ਬੀਜਾ ਸੋ ਲੁਣਾ, ਕਰਮਾ ਸੰਧੜਾ ਖੇਤ, ਤਾਂ ਇਹ ਭਾਈ ਉਹ ਮਾਲਕ ਦੀ ਖੇਤੀ ਹੀ ਇਹੋ ਜਿਹੀ ਆ ਵੀ ਇਹ ਤੋਂ ਆਪਾਂ ਪਰਵਾਹ ਹੀ ਨਹੀਂ ਹੋ ਸਕਦੇ, ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਹੁਣ ਕਈ ਵਾਰ ਅਸੀਂ ਕਰਮ ਹੀ ਗਲਤ ਕਰ ਬਹਿੰਦੇ ਹਾਂ ਅਤੇ ਸਜ਼ਾ ਸਾਨੂੰ ਜਦੋਂ ਮਿਲਦੀ ਆ, ਕਰਮ ਅਸੀਂ ਕੀਤੇ ਹੁੰਦੇ ਅਸੀਂ ਕਹਿੰਦੇ ਸਾਡੇ ਨਾਲ ਇੰਨਾ ਮਾੜਾ ਕਿਉਂ ਹੋ ਗਿਆ, ਕਿਉਂ ਮਾੜਾ ਹੋ ਗਿਆ। ਹੁਣ ਕੋਈ ਦਰਖਤ ਸੀਗਾ, ਉੱਤੇ ਫਲ ਲੱਗਾ ਹੋਇਆ ਸੀ ਬੜੇ ਰਸੀਲਾ, ਅੱਖਾਂ ਨੇ ਦੇਖਿਆ ਫਲ ਲੱਗਾ, ਪਰ ਅੱਖਾਂ ਜਾ ਨਹੀਂ ਸਕਦੀਆਂ, ਉੱਥੇ ਪੈਰ ਚੱਲ ਕੇ ਗਏ ਆ, ਕਿਉਂਕਿ ਚੱਲਦੇ ਤਾਂ ਆਪਾਂ ਪੈਰਾਂ ਦੇ ਸਹਾਰੇ ਹੀ ਹਾਂ। ਹੁਣ ਪੈਰ ਚੱਲ ਕੇ ਗਏ ਉੱਥੇ, ਪੈਰ ਜਿਹੜੇ ਆ ਫਲ ਤੋੜ ਨਹੀਂ ਸਕਦੇ, ਫਲ ਕਿਹਨੇ ਤੋੜਿਆ, ਹੱਥਾਂ ਨੇ, ਹੱਥਾਂ ਦੇ ਨਾਲ ਫਲ ਨੂੰ ਤੋੜਿਆ। ਹੁਣ ਜਿਨ੍ਹਾਂ ਨੇ ਗੌਰ ਕਰਿਓ, ਜਿਨ੍ਹਾਂ ਨੇ ਫਲ ਦੇਖਿਆ, ਉਹ ਉੱਥੇ ਗਿਆ ਨਹੀਂ ਚੱਲ ਕੇ ਤਾਂ ਲੱਤਾਂ ਹੀ ਗਈਆਂ, ਜਿਹੜੀਆਂ ਚੀਜ਼ਾਂ ਗਈਆਂ ਉੱਥੇ ਪਹੁੰਚੀਆਂ ਲੱਤਾਂ, ਉਹਨਾਂ ਨੇ ਤੋੜਿਆ ਨਹੀਂ, ਤੋੜਿਆ ਕਿਹਨਾਂ ਨੇ, ਹੱਥਾਂ ਨੇ। ਹੁਣ ਜਿਹੜੇ ਹੱਥਾਂ ਨੇ ਤੋੜਿਆ ਉਹਨਾਂ ਨੇ ਖਾਧਾ ਨਹੀਂ, ਜਿਹਨੇ ਖਾਧਾ ਅਤੇ ਉਹਨੇ ਰੱਖਿਆ ਨਹੀਂ। ਫਲ ਜਿਹੜਾ ਸੀਗਾ ਖਾਧਾ ਤਾਂ ਮੂੰਹ ਨੇ ਆ, ਪਰ ਮੂੰਹ ਨੇ ਰੱਖਿਆ ਨਹੀਂ ਨਾ, ਪੇਟ 'ਚ ਚਲਿਆ ਗਿਆ। ਹੁਣ ਜਦੋਂ ਪੇਟ ਦੇ ਵਿੱਚ ਗਿਆ, ਉੱਧਰੋਂ ਆ ਗਿਆ ਮਾਲੀ, ਅਤੇ ਮਾਲੀ ਨੇ ਡੰਡਾ ਢੂਈ 'ਤੇ ਮਾਰਿਆ ਖਿੱਚ ਕੇ। ਜਦੋਂ ਖਿੱਚ ਕੇ ਮਾਰਿਆ ਅਤੇ ਅੱਖਾਂ ਵਿੱਚੋਂ ਹੰਝੂ ਆ ਗਏ, ਅੱਖਾਂ 'ਚ ਪਾਣੀ ਭਰ ਆ ਗਿਆ ਬੰਦੇ ਦੇ, ਉਹ ਜਿਹਨੇ ਚੋਰੀ ਕੀਤੀ ਸੀਗੀ। ਹੁਣ ਜਦੋਂ ਪਿੱਠ ਦੇ ਉੱਪਰ ਡੰਡੇ ਵੱਜੇ ਆ ਗੁਰੂ ਪਿਆਰਿਓ, ਅਤੇ ਉਦੋਂ ਫਿਰ ਪਾਣੀ ਅੱਖਾਂ 'ਚੋਂ ਆਇਆ, ਪਿੱਠ ਨੇ ਕਿਹਾ ਕਸੂਰ ਮੇਰਾ ਕੀ ਸੀਗਾ। ਤਾਂ ਉਦੋਂ ਫਿਰ ਅੱਖਾਂ ਜਿਹੜੀਆਂ ਸੀ, ਉਹਨਾਂ ਨੇ ਫਲ ਦੇਖਿਆ ਸੀਗਾ, ਦਰਖਤ 'ਤੇ ਲੱਗਾ ਹੋਇਆ ਰਸੀਲਾ ਫਲ। ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਵੇਖਦੇ ਹਾਂ ਗੁਰੂ ਪਿਆਰਿਓ, ਕਰਮ ਜਿਹੜੇ ਆ ਉਹਨਾਂ ਦਾ ਜਿਹੜਾ ਫਲ ਆ ਉਹ ਮਿਲ ਕੇ ਹੀ ਰਹਿੰਦਾ ਬੰਦੇ ਨੂੰ। ਹੁਣ ਜੋ ਇਹ ਆਪਾਂ ਵੇਖਿਆ ਹੈ, ਇਹ ਸਾਰੀ ਕਰਮਾਂ ਦੀ ਹੀ ਬੰਦੇ ਦੀ ਸਜ਼ਾ ਹੈ, ਕਰਮਾਂ ਦੀ ਹੀ ਖੇਡ ਆ ਸਾਰੀ। ਕਰਮਾਂ ਦੇ ਜਾਲ ਨੂੰ ਜੇ ਬੰਦਾ ਸਮਝ ਜੇ ਤਾਂ ਫਿਰ ਤਾਂ ਉਹਦੀ ਮੁਕਤੀ ਹੋ ਜਾਵੇਗੀ।
ਕਰਮਾਂ ਨੂੰ ਬੰਦਾ ਸਮਝ ਨਹੀਂ ਪਾਉਂਦਾ। ਤਾਂ ਗੁਰੂ ਸਾਹਿਬ ਜੀ ਸਾਨੂੰ ਫਿਰ ਇਹ ਕਹਿੰਦੇ ਨੇ ਵੀ ਕਰਮ ਜਿਹੜੇ ਆ ਰੱਬ ਦੇ ਨੇੜੇ ਲੈ ਜਾਂਦੇ ਆ, ਅਤੇ ਬੰਦੇ ਦੇ ਕਰਮ ਹੀ ਆ ਜਿਹੜੇ ਸਾਨੂੰ ਰੱਬ ਤੋਂ ਦੂਰ ਲੈ ਜਾਂਦੇ ਆ। ਜਿਹੜੀ ਖੁਸ਼ਹਾਲੀ ਆ, ਅਸਲ ਖੁਸ਼ਹਾਲੀ, ਉਹ ਬੰਦੇ ਦੇ ਅੰਦਰ ਹੁੰਦੀ ਆ ਰੌਣਕ। ਮੇਲੇ ਲੱਗਦੇ ਆ, ਮੇਲਿਆਂ ਦੇ ਵਿੱਚ ਭੀੜ ਹੁੰਦੀ ਆ, ਪਰ ਰੌਣਕ ਤਾਂ ਅੰਦਰ ਦੀ ਕੋਈ ਚੀਜ਼ ਹੁੰਦੀ ਆ। ਇੱਕ ਅਮੀਰ ਆਦਮੀ ਸੀਗਾ, ਉਹਨੇ ਜਪਾਨ ਦਾ ਇੱਕ ਸਿਆਣਾ ਭਿਕਸ਼ੂ, ਜਿਹੜੇ ਮਹਾਤਮਾ ਬੁੱਧ ਦੇ ਸ਼ਿਸ਼ ਹੁੰਦੇ ਆ ਉਹਨਾਂ ਨੂੰ ਭਿਕਸ਼ੂ ਕਹਿੰਦੇ ਆ, ਉਹਨੂੰ ਕੁਝ ਅਜਿਹਾ ਲਿਖ ਕੇ ਦੇਣ ਲਈ ਆਖਿਆ ਕਿ ਜਿਹਦੇ ਨਾਲ ਉਹਦੇ ਪਰਿਵਾਰ ਵਿੱਚ ਸਦਾ ਹੀ ਖੁਸ਼ਹਾਲੀ ਜੀ ਬਣੀ ਰਹੇ ਅਤੇ ਉਹਨੂੰ ਪੀੜ੍ਹੀ ਦਰ ਪੀੜ੍ਹੀ ਸੰਭਾਲ ਕੇ ਵੀ ਰੱਖਿਆ ਜਾ ਸਕੇ। ਉਹ ਜਿਹੜਾ ਜਪਾਨ ਦਾ ਸਿਆਣਾ ਬੰਦਾ ਸੀਗਾ ਨਾ, ਸਿੰਗਾਈ ਉਹਦਾ ਨਾਮ ਸੀ, ਉਹਨੇ ਕਾਗਜ਼ ਦਾ ਵੱਡਾ ਸਾਰਾ ਟੁਕੜਾ ਲਿਆ, ਉਹਦੇ ਉੱਪਰ ਲਿਖਿਆ ਪਿਤਾ ਮਰ ਜਾਂਦਾ ਹੈ, ਪੁੱਤਰ ਮਰ ਜਾਂਦਾ ਹੈ, ਪੋਤਰਾ ਮਰ ਜਾਂਦਾ ਹੈ। ਉਹ ਅਮੀਰ ਵਿਅਕਤੀ ਬੜਾ ਗੁੱਸੇ ਹੋਇਆ, ਕਹਿੰਦਾ ਮੈਨੂੰ ਤਾਂ ਤੈਨੂੰ ਆਪਣੇ ਪਰਿਵਾਰ ਬਾਰੇ ਮੈਂ ਤੈਨੂੰ ਕਿਹਾ ਸੀ ਵੀ ਖੁਸ਼ੀਆਂ ਚਾਹੀਦੀਆਂ ਮੈਨੂੰ, ਕੁਝ ਚੰਗਾ ਲਿਖ ਕੇ ਦੇ, ਤੂੰ ਆਹ ਕੀ ਲਿਖਤਾ ਮੈਨੂੰ? ਮੈਂ ਤਾਂ ਤੈਨੂੰ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਲਈ ਆਖਿਆ ਸੀਗਾ ਵੀ ਲਿਖ ਕੇ ਦੇ ਕੁਝ, ਪਰ ਤੂੰ ਕੋਝਾ ਮਜ਼ਾਕ ਕੀਤਾ ਮੇਰੇ ਨਾਲ, ਭੱਦਾ ਮਜ਼ਾਕ ਕੀਤਾ, ਮਾੜਾ ਮਜ਼ਾਕ ਕੀਤਾ ਸੀ। ਪਰ ਉਹ ਕਹਿਣ ਲੱਗਾ ਵੀ ਦੇਖੋ ਵੀ ਮੈਂ ਕੋਈ ਮਜ਼ਾਕ ਨਹੀਂ ਕੀਤਾ। ਉਹਨੇ ਸਪਸ਼ਟੀਕਰਨ ਦਿੱਤਾ ਆਪਣਾ ਵੀ ਜੇ ਤੇਰੇ ਆਪਣੇ ਮਰਨ ਤੋਂ ਪਹਿਲਾਂ ਤੇਰਾ ਪੁੱਤਰ ਮਰ ਜਾਵੇ ਤਾਂ ਤੈਨੂੰ ਕਿੱਡਾ ਵੱਡਾ ਸਦਮਾ ਪੁੱਜੇਗਾ, ਇਸ ਤਰ੍ਹਾਂ ਜੇ ਤੇਰੇ ਪੁੱਤਰ ਸਾਹਮਣੇ ਤੇਰਾ ਪੋਤਾ ਗੁਜ਼ਰ ਜਾਵੇ ਤਾਂ ਤੁਹਾਡੇ ਦੋਵਾਂ ਦੇ ਦਿਲ ਟੁੱਟ ਜਾਣਗੇ, ਜੇ ਤੁਹਾਡੇ ਪਰਿਵਾਰ ਵਿੱਚ ਪੀੜ੍ਹੀ ਦਰ ਪੀੜ੍ਹੀ ਸਾਰੇ ਇੰਝ ਹੀ ਗੁਜ਼ਰਦੇ ਰਹਿਣ ਜਿਵੇਂ ਮੈਂ ਲਿਖਿਆ, ਪਿਤਾ ਮਰ ਜਾਂਦਾ ਹੈ, ਪੁੱਤਰ ਮਰ ਜਾਂਦਾ ਹੈ, ਪੋਤਰਾ ਮਰ ਜਾਂਦਾ, ਤਾਂ ਜੀਵਨ ਕੁਦਰਤ ਦਾ ਵੇਗ ਹੋਵੇਗਾ, ਰੱਬੀ ਨਿਯਮ ਹੋਵੇਗਾ। ਇਸੇ ਨੂੰ ਅਸਲ ਖੁਸ਼ਹਾਲੀ ਮੈਂ ਕਹਿੰਦਾ। ਤਾਂ ਇਹ ਨਿੱਕੀਆਂ ਨਿੱਕੀਆਂ ਕਹਾਣੀਆਂ ਸਾਡਾ ਜੀਵਨ ਬਦਲ ਸਕਦੀਆਂ। ਗੁਰਮੁਖੋ, ਤਾਂ ਮੈਂ ਆਪ ਜੀ ਨੂੰ ਕਹੂੰਗਾ ਕਿ ਸਾਰੀਆਂ ਚੀਜ਼ਾਂ ਵੱਲ ਧਿਆਨ ਦੇਵੋ, ਜਿੰਨਾ ਜਲਦੀ ਧਿਆਨ ਦੇਵੋਗੇ ਉਨਾ ਹੀ ਜਾਗਰੂਕ ਵੀ ਹੋਵੋਗੇ। ਅੱਗੇ ਜਾ ਕੇ ਆਪਾਂ ਵੇਖਦੇ ਹਾਂ ਸਾਡੀ ਜਿਹੜੀ ਜ਼ਿੰਦਗੀ ਆ, ਬਹੁਤ ਜ਼ਿੰਦਗੀ ਸਾਡੀ ਖੂਬਸੂਰਤ ਬਣਾਈ ਰੱਬ ਨੇ, ਪਰ ਅਸੀਂ ਤਾਂ ਉਹ ਕੀਤਾ ਵੀ ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ, ਚਿਰਾਗ ਬੁਝਣੇ ਲਗਾ ਤਬ ਰੌਸ਼ਨੀ ਦੇਖੀ। ਨਿੱਕੀਆਂ ਨਿੱਕੀਆਂ ਗੱਲਾਂ, ਕਰਮਾਂ ਦੀ ਜਿਹੜੀ ਸਜ਼ਾ ਮਿਲ ਕੇ ਹੀ ਰਹਿੰਦੀ, ਕਿਤੇ ਨਹੀਂ ਭੱਜਿਆ ਜਾ ਸਕਦਾ ਕਰਮਾਂ ਤੋਂ, ਭੱਜਿਆ ਹੀ ਨਹੀਂ ਜਾ ਸਕਦਾ, ਕਿੱਥੇ ਭੱਜ ਕੇ ਜਾਵਾਂਗੇ? ਮੌਤ ਤੋਂ ਬੰਦਾ ਭੱਜ ਲੈਂਦਾ, ਵੱਡੇ ਵੱਡੇ ਸੁਥਰਾਣੇ, ਵੱਡੇ ਵੱਡੇ ਸ਼ਾਹ, ਉਮਰਾਵ, ਰਾਜੇ, ਰਾਣੇ, ਕੋਈ ਨਹੀਂ ਰਿਹਾ ਇੱਥੇ, ਇੱਥੇ ਤਾਂ ਕੋਈ ਨਹੀਂ ਰਿਹਾ। ਵੱਡੇ ਵੱਡੇ ਜਿਹੜੇ ਕਹਿੰਦੇ ਕਹਾਉਂਦੇ ਸੀ, ਜਿਹੜੇ ਕਹਿੰਦੇ ਸਾਡੇ ਤੋਂ ਬਿਨਾਂ ਦੁਨੀਆ ਨਹੀਂ ਚੱਲਦੀ, ਉਹ ਵੀ ਛੱਡ ਕੇ ਚਲੇ ਗਏ ਦੁਨੀਆ। ਤਾਂ ਕਰਮ ਜਿਹੜਾ ਫਲ ਆ ਇਹਦਾ ਭੋਗਣਾ ਹੀ ਪੈਂਦਾ, ਭੋਗਣਾ ਹੀ ਪੈਂਦਾ, ਇਹ ਆਪਾਂ ਜਾਣਦੇ ਹਾਂ। ਕਰਮਾਂ ਦੀ ਸਜ਼ਾ ਬੰਦੇ ਨੂੰ ਮਿਲ ਕੇ ਰਹਿੰਦੀ ਆ। ਤਾਂ ਦਸਵੇਂ ਪਾਤਸ਼ਾਹ ਦੀ ਵੀ ਕੁਝ ਚੋਜ ਆ, ਜਿੱਥੇ ਮਹਾਰਾਜ ਜੀ ਨੇ ਬਹੁਤ ਸਾਰੀਆਂ ਸੰਗਤਾਂ ਨੂੰ ਕਿਹਾ ਸੀ ਕਿ ਭਾਈ ਇਹ ਕਰਮਾਂ ਦਾ ਜਿਹੜਾ ਫਲ ਆ ਇਹ ਭੋਗਣਾ ਹੀ ਪੈਂਦਾ, ਭੋਗਣਾ ਹੀ ਪੈਂਦਾ। ਅਤੇ ਗਿਟਾਰ ਅਤੇ ਬਾਜ ਦੀ ਇੱਕ ਸਾਖੀ ਵੀ ਆਉਂਦੀ ਆ ਵੀ ਇੱਕ ਵਾਰੀ ਕੋਈ ਵੈਸ਼ਨਵ ਵੈਰਾਗੀ ਸਾਧੂ ਦਸਵੇਂ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਆਇਆ, ਕੀ ਵੇਖਦਾ, ਗੁਰੂ ਜੀ ਦੇ ਇੱਕ ਹੱਥ ਵਿੱਚ ਇੱਕ ਗਿਟਾਰ ਅਤੇ ਦੂਜੇ ਹੱਥ ਵਿੱਚ ਮਹਾਰਾਜ ਜੀ ਦੇ ਬਾਜ ਆ। ਬਾਜ ਨੇ ਝਪਟ ਮਾਰੀ ਆ, ਗਿਟਾਰ ਦਾ ਮਾਸ ਤੋੜਿਆ ਇੱਕ ਵਾਰੀ, ਦੂਜੀ ਵਾਰੀ, ਤੀਜੀ ਵਾਰੀ ਮਾਸ ਤੋੜ ਕੇ ਖਾਧਾ। ਵੈਰਾਗੀ ਸਾਧੂ ਦਾ ਮਨ ਸ਼ੰਕਾ 'ਚ ਆ ਗਿਆ ਵੀ ਗੁਰੂ ਜੀ ਤਾਂ ਬੜੇ ਕਿਰਪਾਲੂ ਦਿਆਲੂ ਹੋਣਗੇ, ਪਰੰਤੂ ਇਹ ਤਾਂ ਅਨੋਖੀ ਹੀ ਖੇਡ ਰਚਾਈ ਜਾਂਦੇ ਆ। ਕਠੋਰ ਚਿੱਤ ਹੋ ਕੇ ਜਿਉਂਦੀ ਗਿਟਾਰ ਦਾ ਮਾਸ ਬਾਜ ਨੂੰ ਖਵਾਈ ਜਾ ਰਹੇ ਆ। ਸਾਧੂ ਦੇ ਹਿਰਦੇ ਦੀ ਗੱਲ ਨਾ ਵੈਰਾਗੀ ਸਾਧੂ ਜਿਹੜਾ ਸੀਗਾ ਮਹਾਰਾਜ ਨੇ ਜਾਣੀ ਆ। ਸਤਿਗੁਰੂ ਕਹਿੰਦੇ, ਸੰਤ ਜੀ ਜੋ ਸ਼ੰਕਾ ਤੁਹਾਡੇ ਹਿਰਦੇ ਵਿੱਚ ਪੈਦਾ ਹੋਇਆ ਉਹਦਾ ਉੱਤਰ ਵੀ ਲੈ ਜਾਓ। ਸਤਿਗੁਰੂ ਜੀ ਕਹਿੰਦੇ, ਦੇਖੋ ਇਹ ਗਿਟਾਰ ਪਿਛਲੇ ਜਨਮ ਵਿੱਚ ਰਾਜੇ ਦਾ ਵਜ਼ੀਰ ਸੀਗਾ, ਇਹ ਬਾਜ ਇੱਕ ਬੜਾ ਵੱਡਾ ਜ਼ਿਮੀਂਦਾਰ ਸੀ। ਵਜ਼ੀਰ ਨੇ ਝੂਠੀ ਤੂਮਤ ਲਾ ਕੇ ਉਹ ਜ਼ਿਮੀਂਦਾਰ ਨੂੰ ਪਿੰਡੋਂ ਬਾਹਰ ਕਢਵਾਇਆ ਸੀਗਾ। ਇਹਨੇ ਆਪਣੇ ਸੰਬੰਧੀਆਂ ਦੀ ਮਦਦ ਲੈ ਕੇ ਹੋਰ ਪਿੰਡ ਵਸਾ ਲਿਆ,
ਅਤੇ ਵਜ਼ੀਰ ਨੇ ਉੱਥੋਂ ਵੀ ਇਹਨੂੰ ਉਜਾੜਤਾ ਸੀ ਜਾ ਕੇ। ਸਮਾਂ ਪਿਆ, ਦੋਵੇਂ ਗੁਜ਼ਰ ਗਿਆ। ਰਾਜੇ ਦਾ ਵਜ਼ੀਰ ਗਿਟਾਰ ਬਣ ਗਿਆ, ਜ਼ਿਮੀਂਦਾਰ ਬਾਜ ਬਣ ਗਿਆ। ਇਹ ਬਾਜ ਨੇ ਤਿੰਨ ਜਨਮ ਇਸ ਗਿਟਾਰ ਨੂੰ ਖਾਣਾ ਸੀਗਾ, ਤਿੰਨ ਜਨਮ ਦੇਖੋ। ਪਰੰਤੂ ਸਾਡੀ ਸੰਗਤ ਦੇ ਫਲ ਸਦਕਾ ਤਿੰਨ ਵਾਰੀ ਮਾਸ ਤੜਵਾ ਕੇ ਅਸੀਂ ਇਹਦੇ ਪਿਛਲੇ ਮਾੜੇ ਕਰਮਾਂ ਦਾ ਫਲ ਇਹਨੇ ਇਸੇ ਜਨਮ 'ਚ ਹੀ ਭੋਗ ਲਿਆ, ਇਹਦਾ ਲੇਖਾ ਮੁੱਕ ਗਿਆ। ਇਹ ਸੁਣ ਕੇ ਸਾਧੂ ਨੇ ਗੁਰੂ ਮਹਾਰਾਜ ਨੂੰ ਧੰਨ ਧੰਨ ਕਹਿੰਦਿਆਂ ਚਰਣਾਂ 'ਤੇ ਨਮਸਕਾਰ ਕੀਤੀ ਆ ਅਤੇ ਗੁਰੂ ਜੀ ਦੀ ਉਪਮਾ ਕਰਦਾ ਕਰਦਾ ਚਲਾ ਗਿਆ। ਕਹਿੰਦਾ ਵਾਕਈ ਕਰਮ ਫਲ ਜੀਵ ਜੋ ਕਰਦੇ ਆ ਉਹਨਾਂ ਦਾ ਫਲ ਨੂੰ ਭੋਗਣਾ ਹੀ ਪੈਂਦਾ ਹੈ। ਤਾਂ ਇਹ ਕੁਝ ਗਥਾਵਾਂ, ਕੁਝ ਸਾਖੀਆਂ, ਕੁਝ ਕਹਾਣੀਆਂ, ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕੀਤੇ ਆ। ਉਮੀਦ ਕਰਦਾ ਤੁਸੀਂ ਭਾਈ ਜ਼ਰੂਰ ਇਹ ਗੱਲਾਂ ਜਿਹੜੀਆਂ ਪੱਲੇ ਬੰਨੋਗੇ। ਸਤਿਗੁਰੂ ਮਹਾਰਾਜ ਰਹਿਮਤ ਕਰਨ, ਭੁੱਲ ਚੁੱਕ ਦੀ ਖਿਮਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।